ਹਾਂ ਜੀ ਦੋਸਤੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਕਿਸਾਨ ਵੀਰੋ, ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕੈਰੋਂ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਵੀਰ ਸਤਨਾਮ ਦੇ ਕੋਲ ਆਏ ਹਾਂ ਦੋਸਤੋ। ਅਤੇ ਸਾਰੇ ਭਰਾਵਾਂ ਨੂੰ ਪਤਾ ਹੀ ਆ, ਪਸ਼ੂ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਵੀਰ ਸਤਨਾਮ ਦੇ ਕੋਲ। 8-7 ਨਾਗ ਜਿਹੜੇ ਦੋਸਤੋ ਐਵਰੀ ਟਾਈਮ ਤੁਹਾਨੂੰ ਜਿਹੜੇ ਮੌਜੂਦ ਮਿਲਣਗੇ, ਅਵੇਲੇਬਲ ਮਿਲਣਗੇ ਇਸ ਕਿੱਲੇ ਤੋਂ। ਅੱਜ ਇਸ ਵੀਡੀਓ ਦੇ ਵਿੱਚ ਵੈਸੇ ਜ਼ਿਆਦਾਤਰ ਆਪਾਂ ਤੁਹਾਨੂੰ ਵਿਹੜਾਂ ਹੀ ਦਿਖਾਉਣੀਆਂ ਨੇ, ਜਿਨ੍ਹਾਂ ਦੇ ਵਿੱਚੋਂ ਹਾਫ ਵਿਹੜਾਂ, ਅੱਧੀਆਂ ਵਿਹੜਾਂ ਸੂਈਆਂ ਨੇ ਅਤੇ ਅੱਧੀਆਂ ਗੱਬਣ। ਮੀਨਸ ਤਿੰਨ ਵਿਹੜਾਂ ਸੂਈਆਂ ਸਵਾਈਆਂ ਨੇ ਬਿਲਕੁਲ ਤਾਜ਼ੀਆਂ ਸਜਰ, ਅਤੇ ਤਿੰਨ ਗੱਬਣ ਤਿਆਰੀ ਵਾਲੀਆਂ ਨੇ। ਸੋ 6 ਨਗਾਂ ਦੀ ਡਿਟੇਲ ਵੀਰ ਸਤਨਾਮ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਬਾਕੀ ਇੱਥੇ ਆਣ ਕੇ ਆਪਣੀ ਨਰਕ ਪਰਖ ਤਸੱਲੀ ਆ, ਉਹ ਹਰ ਵਾਰ ਆਪਾਂ ਰਿਕੁਐਸਟ ਕਰਦੇ ਹੁੰਦੇ ਹਾਂ ਸਾਰੇ ਫਾਰਮਰ ਵੀਰਾਂ ਨੂੰ, ਆਪਣਾ ਕ੍ਰਟੇਰੀਆ ਜਿਹੜਾ ਦੋਸਤੋ ਜ਼ਰੂਰ ਪੂਰਾ ਕਰ ਲਿਆ ਕਰੋ, ਕਿਉਂਕਿ ਪੈਸੇ ਰਕਮ ਲਾ ਕੇ ਅੱਗੋਂ ਪਸ਼ੂ ਖਰੀਦਿਆ ਹੁੰਦਾ ਵੀਰ ਸਤਨਾਮ ਸਿੰਘ ਹੋਣਾ, ਚਾਹੇ ਵਪਾਰੀ ਵੀਰਾਂ ਦੀ ਗੱਲ ਕਰ ਲਈਏ, ਅਤੇ ਅੱਗੋਂ ਵੀ ਕਿਸੇ ਭਰਾ ਨੇ ਪੈਸੇ ਲਾਉਣੇ ਆ, ਅਤੇ ਪੈਸੇ ਦੋਸਤੋ ਸਹੀ ਥਾਂ 'ਤੇ ਲੱਗਣ ਤੁਹਾਡੇ, ਅਤੇ ਤਸੱਲੀ ਜਿਹੜੀ ਆਪਣੀ ਬਕਾਇਦਾ ਢੰਗ ਨਾਲ ਜਿਹੜੀ ਪਹਿਲਾਂ ਮੁਕੰਮਲ ਕਰ ਲਿਆ ਕਰੋ, ਠੀਕ ਆ। ਅੱਜ ਤਰੀਕ 3 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਸਮਾਂ ਦੋਸਤੋ ਮੋਰਨਿੰਗ ਦੇ ਕੋਈ 9:30 ਦਾ। ਆਓ ਕਰਦੇ ਹਾਂ ਗੱਲਬਾਤ ਵੀਰ ਸਤਨਾਮ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਸਤਨਾਮ ਵੀਰੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਠੀਕ ਆ ਜੀ। ਬਹੁਤ ਵਧੀਆ ਵੀਰੇ, ਸਤਨਾਮ ਠੀਕ ਠਾਕ? ਚੜ੍ਹਦੀ ਕਾਲ ਕਿਰਪਾ ਮਹਾਰਾਜ ਜੀ। ਠੀਕ ਹੈ ਜੀ। ਅੱਛਾ ਵੀਰੇ, ਸਤਨਾਮ ਪ੍ਰਤਾਪ ਸਿੰਘ ਅੱਜ ਫਿਰ ਕਿਤੇ ਗਹਿਰ ਆ ਜਰਾ। ਨਹੀਂ, ਪ੍ਰਤਾਪ ਸਿੰਘ ਬੜੀ ਤਕੜੀ ਡਿਊਟੀ ਤੇ ਆ ਜੀ। ਅੱਛਾ ਜੀ, ਹਾਂ ਰਿਸ਼ਤਾ ਕਰਵਾਇਆ ਸੀਗਾ। ਅੱਛਾ ਜੀ, ਅੱਜ ਉਹਨਾਂ ਸਗਰ ਸੁਗਰ ਵਾਲੇ 2 ਦਿਨ ਛੁੱਟੀ ਦੀ ਆ, ਕੱਲ ਨੂੰ ਬਰਾਤ ਆ। ਫਿਰ ਵਿਚੋਲਪੁਣੀ ਦਾ ਕੰਮ, ਵਿਚੋਲਪੁਣੀ ਦਾ ਕੰਮ ਕਰ ਲਈਦਾ। ਠੀਕ ਆ ਜੀ, ਉਹਨੂੰ ਸ਼ੌਂਕ ਹੈ ਜੀ। ਦੋਸਤੋ ਠੀਕ ਆ ਜੀ, ਅੱਜ ਪ੍ਰਤਾਪ ਸਿੰਘ ਮਿਸਿੰਗ ਆ, ਠੀਕ ਆ ਜੀ। ਤੇ ਵੀਰ ਸਤਨਾਮ, ਜਿੱਦਾਂ ਕਿ ਆਪਾਂ ਦੇਖ ਰਹੇ ਹਾਂ, ਟੋਟਲ 6 ਵਹਿਣਾ ਆਪਣੇ ਕੋਲ। ਹਾਂ ਜੀ, 6 ਆ ਵੀਰ ਜੀ, 3 ਸੂਈਆਂ ਤਾਂ ਆ ਗਈਆਂ ਜੀ, ਹਾਂਜੀ, ਤੇ 3 ਗੱਭਰਾਂ ਤਿਆਰ ਆ ਜੀ। ਠੀਕ ਆ ਜੀ, ਆਹ ਕੋਈ 5-7 ਦਿਨ ਖੜਦੇ ਆ। ਅੱਛਾ, ਜਿਹੜੀਆਂ ਵੀਰ ਸਤਨਾਮ ਤਾਜ਼ੀਆਂ ਸੂਈਆਂ ਨੇ, ਇਹ ਕਿੰਨੇ ਕਿੰਨੇ ਦਿਨਾਂ 'ਚ ਹੀ ਆ ਜੀ? ਇਹ ਵੀਰ ਜੀ, ਆਹ ਅਸੀਂ ਰਾਤ ਦੀ ਸੂਈ ਆ ਜੀ। ਠੀਕ ਆ ਜੀ, ਤੇ ਆਹ ਅਸੀਂ ਸੂਈ ਜੀ, ਮਤਲਬ ਕੱਲ ਰਾਤ ਦੀ। ਓਕੇ, ਉਹ ਕੱਲ ਸਵੇਰ ਦੀ ਸੂਈ ਜੀ। ਅੱਜ ਭਲਕ, ਅੱਜ ਭਲਕ। ਹਾਂਜੀ, ਅੱਜ ਭਲਕ ਆ ਕੰਮ ਸਾਰਾ। ਲਓ ਵੀ ਦੋਸਤੋ, ਠੀਕ ਆ ਜੀ। ਸੋ ਬੌਲਿਆਂ ਤੇ ਦੋਸਤੋ ਜਿਹੜੀਆਂ ਹੁਣ ਚੱਲਣ ਡੀਆਂ ਨੇ, ਤੇ 3 ਸੂਣ ਵਾਲੀਆਂ ਨੇ, ਉਹ ਤਿਆਰੀ ਵਾਲੀਆਂ ਨੇ। ਹਾਂਜੀ, ਨਗ ਕੱਲੇ ਕੱਲੇ ਦੀ ਡਿਟੇਲ ਤੁਹਾਨੂੰ ਮਿਲੂਗੀ ਵੀਡੀਓ। ਮੇਰਾ ਵੀਰ, ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਪਾਂ, ਵੀਡੀਓ ਐਂਡ ਤੱਕ ਦੇਖ ਲਿਆ ਕਰੋ, ਤਾਂ ਜੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਆ ਤੁਹਾਨੂੰ ਸੌਖੀ, ਈਜ਼ੀਲੀ ਜਿਹੜੀ ਦੋਸਤੋ ਸਮਝ ਵਿੱਚ ਆ ਸਕੇ। ਅੱਜ ਸਤਨਾਮ ਵੀਰੇ, ਸਭ ਤੋਂ ਪਹਿਲਾਂ ਸ਼ੁਰੂਆਤ ਇਸੇ ਵੈੜ ਤੋਂ ਕਰ ਲਈ। ਇਹ ਦੂਜਾ ਸੂਆ ਵੀਰ ਜੀ, ਸੂਈ ਜੀ, ਦੂਜਾ ਸੂਆ। ਹਾਂਜੀ, ਰਾਤ ਦੀ ਸੂਈ ਵਿੱਚ ਹੀ। ਠੀਕ ਹੈ ਜੀ, ਤੇ ਬਹੁਤ ਚੰਗੀ ਜੇ ਜੂਰ ਪੈ ਗਈ, ਬੱਚਾ ਤੇ ਬੱਚਾ ਦਿੱਤਾ ਨੇ। ਲਓ ਜੀ, ਮਗਰ ਬੱਚਾ ਆ ਗਿਆ ਦੋਸਤੋ, ਜੇ ਜੂਰ ਪ੍ਰੋਪਰ ਪੈਕੀ ਆ। ਅੱਜ ਮਾਰਨਿੰਗ ਹੀ ਸੂਈ ਹੈ? ਨਹੀਂ ਨਹੀਂ ਨਹੀਂ, ਮਤਲਬ ਕੱਲ ਸ਼ਾਮਾਂ ਦੀ 6 ਵਜੇ ਦੀ, ਕੱਲ ਸ਼ਾਮੀ। ਹਾਂਜੀ, ਲਓ ਜੀ, ਕੱਲ ਸ਼ਾਮੀ ਸੂਈ ਹੈ ਦੋਸਤੋ, ਜੇ ਜੂਰ ਇਸੇ ਘਰੇ ਪਈ ਆ। ਠੀਕ ਹੈ ਜੀ, ਤੇ ਮਗਰ ਬੱਚਾ ਆ ਗਿਆ, ਬਹੁਤ ਸਾਰੀ ਰਾਤੀ ਕੱਢੀ, ਮਤਲਬ 5 ਕਿਲੋ ਰਾਤ ਨਾਲ ਚੋਇਆ ਗਿਆ ਜੀ। ਅੱਛਾ ਜੀ, ਤੇ 5-5.5-6 ਕਿਲੋ ਸਵੇਰੇ ਜਿਹਾ, ਬਹੁਤ ਜ਼ਿਆਦਾ ਕਰਮਾਲੀ ਬਣੀ। ਹਾਂ ਦੋਸਤੋ, ਇੱਕ ਗੱਲ ਨੋਟ ਕਰਾ ਦਿੰਦੇ ਆ, ਮਾਰਨਿੰਗ ਥੋੜੀ ਲੇਟ ਵੀਰ ਦੇ ਨਾਲ ਗੱਲਬਾਤ ਹੋਈ ਸੀ। ਹਾਂ ਜੀ, ਉਹਦੇ ਕੁਝ ਪਲਾਨ ਸੀ, ਅੱਜ ਸਾਡਾ ਡਾਕਾ ਛਾਪਾ ਮਾਰਨ ਵਾਲੀ ਗੱਲ ਕੀਤੀ। ਬਿਲਕੁਲ ਜੀ, ਬਿਲਕੁਲ, ਮਾਲ ਲੱਗੇ ਭੁੱਖਾ ਭੁੱਖਾ ਵੀ ਉਦਾਂ ਹੀ ਚੱਲਣ ਮਾਲ ਰਹੀ ਆ। ਬਿਲਕੁਲ, ਮਾਲ ਵੀਰ ਨੇ ਜਿਹੜੇ ਪੱਠੇ ਪੁੱਠੇ ਵੀ ਨੇ ਜੇ ਪਾਏ ਸੀ, ਮੈਨੂੰ ਮਾਰਨਿੰਗ ਕਹਿੰਦਾ ਵੀ ਥੋੜਾ ਜਿਹਾ ਲੇਟ ਆਪਾਂ ਕਵਰੇਜ ਕਰਦੇ ਆ, ਫਿਲਹਾਲ ਥੋੜਾ ਜਿਹਾ ਰੂਟ ਉਸ ਹਿਸਾਬ ਦਾ ਬਣਿਆ ਸੀਗਾ, ਇਸ ਕਰਕੇ ਆਪਾਂ ਤੁਹਾਨੂੰ ਜਿਹੜੀਆਂ ਦੋਸਤੋ ਹੁਣ ਦਿਖਾ ਰਹੇ ਆ, ਸੁਬਾ ਚਵਾਈਆਂ ਇਹਨਾਂ ਦੀਆਂ ਬੌਲੇ ਤੇ ਆ, ਤੇ ਸੁਬਾ ਚਵਾਈਆਂ ਇਹਨਾਂ ਦੀਆਂ ਹੋਈਆਂ, ਚਵਾਈਆਂ ਹੋਈਆਂ ਜੀ। ਠੀਕ ਆ, ਤੇ ਥੋੜਾ ਥੋੜਾ ਜਿਹਾ ਵੀ ਜਿਹੜਾ ਥੱਲੇ ਛੱਡਿਆ ਇਹਨਾਂ ਦੇ, ਬਾਕੀ ਚਵਾਈਆਂ ਜਿਹੜੀਆਂ ਕਾਫੀ ਕੀਤੀਆਂ ਨੇ, ਅੱਧੀਆਂ ਅੱਧੀਆਂ ਚਵਾਈਆਂ ਨੇ ਤਕਰੀਬਨ ਕੀਤੀਆਂ, ਵੀ ਬੌਲੇ ਦੇ ਪਸ਼ੂ ਆ, ਕਿਸੇ ਰਕਮ ਦਾ ਕੋਈ ਸਾੜੂ ਨਾ ਵੱਜੇ ਪਸ਼ੂ ਨੂੰ। ਠੀਕ ਆ ਜੀ, ਤੇ ਘਰੋਂ ਕਿਸੇ ਵੀਰ ਨੇ ਲੈ ਕੇ ਜਾਣਾ ਹੁੰਦਾ, ਮੰਡੀ 'ਚ ਤਾਂ ਹੈ ਨਹੀਂ ਪਸ਼ੂ। ਠੀਕ ਆ ਜੀ, ਇਸ ਕਰਕੇ ਬੌਲੇ ਬੂਲੇ ਤੇ ਜਿਹੜੀਆਂ ਚਵਾਈਆਂ ਨੇ ਇਹਨਾਂ ਪਸ਼ੂਆਂ ਦੀਆਂ ਕਾਫੀ ਹੋਈਆਂ। ਠੀਕ ਆ, ਬੌਲੇ ਵੀ ਸਾਫ਼ ਕਰ ਦਿੱਤਾ, ਗਰਮੀ ਗੁਰਮੀ ਕਰਕੇ ਤਾਂ ਉਹਨਾਂ ਦੇ ਗਾਈ ਫਿਰ ਮਤਲਬ ਨਹੀਂ ਢੱਕੀ ਜਾਂਦੀ। ਭਲੇ ਮੈਂ ਦਾ ਸਰਦਾ ਸਤਨਾਮ, ਜਿਹੜੀ ਪਹਿਲੇ ਨੰਬਰ ਵਾਲੀ ਡੱਬੀ ਹੈ, ਇਹਦੀ ਚਵਾਈ 2 ਡੰਗ ਹੋ ਗਈ ਹੈ। ਹਾਂਜੀ, ਚਵਾਈ ਰਾਤੀ ਵੀ ਜੀ ਤੁਹਾਨੂੰ ਦੱਸਿਆ 5.5-6 ਕਿਲੋ ਪਿਆ, ਸਵੇਰੇ ਵੀ 6 ਕਿਲੋ ਦੇ ਵਿੱਚ ਹੋਇਆ ਜੀ। ਬੱਚਿਆਂ ਨੂੰ ਜਗਾ ਜੂਗੇ। ਬੌਲਾ ਵੈਸੇ ਕਿੰਨਾ ਕੁ ਜੇ ਖਾਲੀ ਨਹੀਂ ਕੀਤੀ? ਸਾਫ਼ ਨਹੀਂ, ਸਾਫ਼ ਨਹੀਂ ਕੀਤੀ, ਮੇਰੇ ਹਿਸਾਬ ਨਾਲ ਸਟਾਰਕ 15-16 ਕਿਲੋ ਦੀ ਕਰ ਦੂਗੀ, 15 ਤੋਂ ਪਲੱਸ ਪਲੱਸ ਕਰ ਦੂਗੀ। 15? ਹਾਂਜੀ।
ਚੰਗੀ ਹੈ ਮਤਲਬ ਘਰ ਦੀ ਵੇਖੋ ਆਪਾਂ ਗਰੰਟੀ ਨਹੀਂ ਕੋਈ ਦਿੰਦੇ ਓਦਾਂ ਉਹਨਾਂ ਦੀ ਗਰੰਟੀ 25 ਕਿਲੋ ਦੀ 25 ਕਿਲੋ ਸਾਡੀ ਗਾਂ ਤੋਂ ਦਊਗੀ ਤੇ ਵੀਰ ਸਤਨਾਮ ਇਹਦਾ ਵੈਸੇ ਇੱਕ ਤਾਂ ਕ੍ਰੋਸ ਅੰਗ ਦੱਸ ਦਈਏ ਵੀ ਹੈ ਕਿਹੜੀ ਸ਼ਾਹੀਵਾਲ ਕ੍ਰੋਸ ਸ਼ਾਹੀਵਾਲ ਕ੍ਰੋਸ ਜੀ ਠੀਕ ਆ ਜੀ ਇਹ ਕਦਾਂ ਦੀ ਸੂਈ ਆ ਇਹ ਕੱਲ ਰਾਤ ਦੀ ਸੂਈ ਕੱਲ ਰਾਤ ਹੀ ਹਾਂਜੀ ਲਓ ਜੀ ਇਹ ਵੀ ਕੱਲ ਰਾਤ ਦੀ ਸੂਈ ਆ ਠੀਕ ਆ ਜੀ ਤੇ ਸੂਆ ਹੋਊਗਾ ਵੀ ਦੂਜਾ ਸੂਆ ਜੀ ਮਗਰ ਵੱਛੀ ਲਓ ਜੀ ਮਗਰ ਵੱਛੀ ਆ ਗਈ ਆ ਦੂਜਾ ਸੂਆ ਠੰਡੀ ਵੀਰ ਜੀ ਪੂਰੀ ਫੁੱਲ ਬੜਾ ਮੰਗੇ ਤੋਂ ਹੀ ਇਹ ਦੇਖੋ ਨਾ ਲਓ ਜੀ ਠੀਕ ਆ ਇਹ ਲਈ ਮੜੀ ਲਓ ਜੀ ਬੋਲੇ ਦੇ ਵੀ ਚੱਲਣ ਡਈ ਆ ਠੀਕ ਆ ਜੀ ਮਗਰ ਵੱਛੀ ਆ ਆ ਡੱਬੀ ਆ ਤੁਸੀਂ ਵੇਖੋ ਮਗਰ ਆ ਡੱਬੀ ਵੱਛੀ ਆ ਠੀਕ ਆ ਜੀ ਹਾਂ ਲਿਆਓ ਵੀਰ ਤੋਰ ਦਈਏ ਵੀ ਠੀਕ ਆ ਸੋ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਰਾਠੀ ਤੇ ਕਿਤੇ ਨਾ ਕਿਤੇ ਸ਼ਾਹੀਵਾਲ ਦਾ ਕ੍ਰੋਸ ਅੰਗ ਇਸ ਵੈੜ ਦੇ ਵਿੱਚ ਆ ਤੇ ਲਾਲ ਰੰਗ ਦੀ ਆ ਠੀਕ ਆ ਜੀ ਤੁਹਾਨੂੰ ਆਏ ਤੋਂ ਆਏ ਪਸ਼ੂ ਨੀ ਕਿਉਂਕਿ ਬਿਲਕੁਲ ਤਾਜ਼ੇ ਦੋਸਤੋ ਇਹ ਸੱਜਰ ਸੁਏ ਸੁਆਏ ਪਸ਼ੂ ਆ ਤੇ ਵੱਛੀ ਮਗਰ ਇਹਦੇ ਬਣਦੀ ਵੀਰ ਜੀ ਬੜੀ ਐਚਐਫ ਗਾਈ ਵਾਂਗੂ ਬਣਦੀ ਕਰਨ ਵਾਲੀ ਸਾਰੀ ਪਛਾਣ ਠੀਕ ਆ ਜੀ ਆਵੇ ਠੰਡੀ ਬੜੀ ਭਾਵੇਂ ਵੰਗਾ ਪਾ ਕੇ ਜੋ ਭਾਵੇਂ ਤਾਂ ਜੋ ਵੀ ਚਾਹੇ ਵੰਗੇ ਨਾ ਚਵਾਈ ਤੇ ਆਪਾਂ ਬਿਨਾ ਵੰਗੇ ਤੋਂ ਕਰ ਲਈਏ ਹਾਂਜੀ ਹਾਂਜੀ ਲਓ ਵੀ ਭਰਾਵੋ ਉਹ ਕਿਸੇ ਭਰਾ ਦੇ ਇੱਛਾ ਹੈ ਵੰਗਾ ਪਾਉਣਾ ਜਾਂ ਵੰਗਾ ਨਹੀਂ ਪਾਉਣਾ ਠੀਕ ਆ ਜੀ ਇਦਾਂ ਵੀ ਤੁਸੀਂ ਬੈਠ ਕੇ ਚਵਾਈ ਕਰ ਲਓਗੇ ਠੰਡੀ ਅੱਗੋ ਯਾਰ ਜੀ ਠੰਡੀ ਤੇਰੀ ਆ ਠੀਕ ਆ ਹਾਂ ਆ ਤੁਹਾਨੂੰ ਦਿਖਾ ਦਿੰਦੇ ਆਪਾਂ ਨਾਲ ਦੀ ਨਾਲ ਹੀ ਆ ਦੇਖੋ ਠੀਕ ਆ ਤਾਰੀ ਪੂਰੀ ਫੁੱਲ ਮੋਟੀ ਲਓ ਜੀ ਉਸਰੇ ਪਰ ਲਓ ਜੀ ਉਹ ਮੋਟੀ ਧਾਰ ਬਿਲਕੁਲ ਉਂਗਲ ਜੱਡੀ ਜੱਡੀ ਠੀਕ ਆ ਜੀ ਮੋਟੀ ਧਾਰ ਆ ਚੋਣ ਚਾਣ ਇੱਕ ਨੰਬਰ ਆ ਜਿੱਦਾਂ ਮਰਜ਼ੀ ਭਰਾ ਕੋਈ ਥਿਆਣ ਕੇ ਤਸੱਲੀ ਕਰ ਲੈ ਠੀਕ ਆ ਵੱਛੀ ਮਗਰ ਆ ਹਾਂਜੀ ਫਿਰ ਵੀ ਜੀ ਇੰਨੀ ਬਣਦੀ ਨਾ ਦੋ ਜਿਆਦੀ ਬਣਦੀ ਸਾਰੀ ਮਗਰਲੇ ਪਾਸੇ ਆਦੀ ਕਰਮਾ ਜੀ ਠੀਕ ਆ ਜੀ ਐ ਸ਼ਾਮ ਨੂੰ ਚੋਣ ਚਵਾਈ ਦੇ ਟਾਈਮ ਤੇ ਭਲਵਾਨਾਂ ਨੂੰ ਤੋਰਦੀ ਲੱਤਾਂ ਚੜਿਆ ਕਰਗਾ ਉਹ ਦੱਸੋ ਚਵਾਈ ਇਹਨਾਂ ਪਸ਼ੂਆਂ ਦੀ ਹੋਈ ਆ ਬਣਿਆ ਥਣਿਆ ਕਿਸੇ ਵੀਰ ਨੇ ਪਸ਼ੂ ਵੇਖਣਾ ਹਮੇਸ਼ਾ ਆਪਾਂ ਗੱਲ ਕਰਦੇ ਹੁੰਦੇ ਆ ਵੀ ਟਾਈਮ ਤੋਂ ਟਾਈਮ ਇੱਥੇ ਪਹੁੰਚ ਕਰਕੇ ਆਪਣਾ ਪਸ਼ੂ ਬਣਿਆ ਥਣਿਆ ਵੇਖੋ ਠੀਕ ਆ ਤੇ ਚੰਗੀ ਵੈੜ ਆ ਤੇ ਇਹ ਸਤਨਾਮ ਕਿੰਨੇ ਦੀ ਦੇਣੀ ਤੁਸੀਂ ਹਾਂਜੀ ਕਿੰਨੇ ਕਿ ਦੀ ਦੇ ਦਗੇ ਮੁੱਲ ਵੀਰ ਜੀ ਦਾ ਮੋਏ 52 ਕਰੀਏ 50 ਕਰੀਏ ਜੀ ਹਾਂ ਇਹ ਵੱਛੀ 1000 ਘੱਟ 50 ਦੇ ਦਾਂਗੇ 1000 ਘੱਟ 50 ਦੇ ਯਾਰ ਪੂਰੀ ਵਜਨ ਲੋਡ ਵਾਲੀ ਵੱਛੀ ਆ ਦੁੱਧ ਵੀ 14-15 ਕਿਲੋ ਭਰਨ ਵਾਲੀ ਹੋਣੀ ਤੇ ਕੋਈ 10-11 ਕਿਲੋ ਸਟਾਰਟਿੰਗ ਬੋਲੇ ਦੀ ਹੋਊਗੀ ਠੀਕ ਆ ਜੀ ਹਾਂਜੀ ਲਓ ਜੀ 1000 ਘੱਟ 50 ਦੀ ਤੁਹਾਨੂੰ ਮਤਲਬ 49000 ਦੀ ਇਹ ਜਿਹੜੀ ਵੈੜ ਮਿਲਦੀ ਪਈ ਹੈ ਅੱਜ ਠੀਕ ਆ ਤੇ ਮਗਰ ਵੱਛੀ ਆ ਬਾਕੀ ਵੈੜ ਪਸੰਦ ਆਊਗੀ ਬਿਲਕੁਲ ਤਾਜ਼ੀ ਸੱਜਰ ਸੂਈ ਸਵਾਈ ਆ ਠੀਕ ਆ ਜੀ ਜੇਰਾ ਜੂਰਾ ਪਈਆਂ ਹੋਈਆਂ ਨੇ ਇਹਨਾਂ ਪਸ਼ੂਆਂ ਦੀਆਂ ਤੇ ਆ ਕੇ ਇੱਥੇ ਆਪਣੀ ਤਸੱਲੀ ਕਰ ਲਿਓ ਇੱਕ ਇੱਧਰ ਵੀਰ ਸਤਨਾਮ ਆਪਣੇ ਕੋਲ ਆ ਵਾਈਟ ਰੰਗ ਦੇ ਵਿੱਚ ਹਾਂਜੀ ਥਾਰ ਪਾਰਕ ਆ ਜੀ ਲਓ ਜੀ ਥਾਰ ਪਾਰਕਰ ਜਿਹੜੀ ਦੋਸਤੋ ਇੱਕ ਵੈੜ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਵੀ ਸੂਈ ਸਵਾਈ ਹੈ ਸੂਈ ਵੀਰ ਜੀ ਕੱਲ ਸਵੇਰ ਦੀ ਸੂਈ ਆਪਣੇ ਘਰੇ ਲਓ ਜੀ ਕੱਲ ਦੀ ਸੂਈ ਹੈ ਦੋਸਤੋ ਥਾਰ ਪਾਰਕਰ ਬ੍ਰੀਡ ਨਸਲ ਦੇ ਵਿੱਚ ਆ ਬੱਚਾ ਮਗਰ ਵੱਛਾ ਹੀ ਆ ਬੱਚਾ ਜੀ ਬੱਚਾ ਰੱਖ ਲਿਆ ਤਾਂ ਗਿੱਲੇ ਨਾੜੂ ਹੈ ਬਿਲਕੁਲ ਬੱਚਿਆਂ ਦੇ ਨਾਲ
ਆਹ ਵੱਛਾ ਜੇ ਮਗਰ ਠੀਕ ਆ ਜੀ। ਸੋ ਵਾਈਟ ਰੰਗ ਦੇ ਵਿੱਚ ਇੱਕ ਵੀਰ ਸਤਨਾਮ ਆਪਾਂ ਥੋੜੇ ਦਿਨ ਪਹਿਲਾਂ ਸੇਲ ਕੀਤੀ ਸੀ, ਉਹ ਸਿੰਗਾਂ ਵਾਲੀ ਸੀ ਨਾ? ਉਹ ਸਿੰਗਾਂ ਵਾਲੀ ਦੋ ਹੀ ਕਰਤੀਆਂ ਕਿ ਇੱਕ ਉਦੋਂ ਬਾਅਦ ਫਿਰ ਕੀਤੀ ਭੋਟੀ ਵਿੱਚ ਤੀਜੀ ਆ ਗਈ, ਭੋਟੀ ਆ ਗਈ। ਲਓ ਵੀ ਕਦ ਦਾ ਵਜਨ ਦੋਸਤੋ ਤੁਸੀਂ ਚੈੱਕ ਕਰੋ, ਵੈਸੇ ਇੱਕ ਵਾਰੀ ਸੂਸ ਵਾ ਸੂਸ ਲੱਪਾ ਥੋੜਾ ਲੱਗਾ, ਵਜਨ ਬਹੁਤ ਜ਼ਿਆਦਾ ਜੀ, ਵਜਨ ਵਾਹ ਠੀਕ ਆ ਜੀ। ਸੋ ਨਸਲ ਜਾਤ ਪੂਰੀ ਆ ਥਾਰ ਪਾਰਕਰ ਦੇ ਵਿੱਚ, ਤੇ ਚੋਣ ਚਾਣ ਧੀਰੀ ਨਿਕਲੀ ਬਿਲਕੁਲ। ਮੈਂ ਨਾ ਗੱਲਾਂ ਸ਼ਾਇਦ ਆਪਾਂ ਧਰਮ ਮਰਵਾਉਂਦੇ ਬੱਚਾ ਲਾ ਕੇ ਲੱਤ ਨੀ ਬੜੀ ਏਡੀ ਠੰਡੀ ਕਿਵੇਂ ਜੀ, ਫਿਰ ਸਾਰੇ ਦੇਖੋ ਕਿੱਡਾ ਸੋਹਣਾ ਲੱਗਾ ਨਹੀਂ ਆ। ਲਓ ਭਰਾਵੋ ਠੀਕ ਆ। ਸੋ ਵਾਈਟ ਗੋਰੇ ਰੰਗ ਦੇ ਵਿੱਚ ਥਣ ਜਿਹੜਾ ਦੋਸਤੋ ਪੂਰਾ ਹੱਥੀ ਚੁਬਾਈ ਵਾਲਾ, ਮੁੱਠੀ ਮੁੱਠੀ ਥਣ ਆ ਕਰਮਾਲੀ ਨੂੰ, ਤੇ ਚੁਬਾਈਆਂ ਜਿਹੜੀਆਂ ਦੋਸਤੋ ਮੋਰਨਿੰਗ ਇਹਨਾਂ ਦੀਆਂ ਹੋਈਆਂ ਨੇ, ਹੁਣ ਕੋਈ 9 ਵਜੇ 9:30 ਵਜੇ ਦਾ ਸਮਾਂ ਹੋਣ ਡਿਆ ਠੀਕ ਆ ਜੀ ਮੋਰਨਿੰਗ ਦਾ, ਤੇ ਸੁਬਾ ਕੋਈ 6 ਵਜੇ ਦੇ ਘਰ ਦੇ ਵਿੱਚ ਇਹਨਾਂ ਦੀ ਚੁਬਾਈ ਆ ਬੋਲੇ ਤੇ ਆ, ਤੇ ਬੋਲੇ ਤੇ ਚੁਬਾਈਆਂ ਜਿਹੜੀਆਂ ਕਰ ਦਿੱਤੀਆਂ, ਬਣਦੀ ਬੁਣਦੀ ਬਹੁਤ ਜ਼ਿਆਦਾ ਹੈ ਜੀ, ਐ ਫਿਰ ਪੱਤਰ ਬਣਦੀ ਕਰਮਾ ਦੇ। ਆ ਵੇਖੋ ਜੀ ਠੀਕ ਆ, ਬਿਲਕੁਲ ਟਾਈਮ ਤੋਂ ਟਾਈਮ ਤਾਂ ਰੌਣਕਾਂ ਲਾ ਲੈਂਦੀ ਥੱਲੇ, ਪੂਰੀ ਖਬਰਦਾਰ ਹੈ, ਨਿੱਕਰ ਚੱਡਾ ਬਣਾਉਂਦੀ ਫਿਰ ਕਰਮਾ ਦੇ। ਲਓ ਵੀ ਭਰਾਵੋ ਥਾਰ ਪਾਰਕਰ ਦੇ ਵਿੱਚ ਬਹੁਤ ਖੂਬਸੂਰਤ ਪੂਰੀ ਬਜੇ ਰੰਗ ਵਿੱਚ ਆ, ਚਿੱਟਾ ਰੰਗ ਆ, ਥਣ ਥੁਣ ਬਹੁਤ ਸੋਹਣਾ ਲੱਗਾ ਠੀਕ ਆ ਜੀ, ਮੁੱਠੀ ਥਣ ਆ ਪੂਰਾ ਹੱਥੀ ਚਬਾਈ ਵਾਲਾ, ਲੰਬੀ ਲੰਬੀ ਕਾਫੀ ਜਿਆਦੀ ਆ, ਵੈਸੇ ਸੂਸ ਵਾਜ ਇੱਕ ਵਾਰੀ ਪਸ਼ੂ ਆਇਆ ਤੈ ਜੀ ਲਾਇਆ ਆ ਜਾਂਦਾ ਠੀਕ ਆ, ਬੱਚਾ ਵਾਲਾ ਭਰਿਆ ਦਿੱਤਾ ਵੀਰ ਨੇ। ਹਾਂਜੀ ਹਾਂਜੀ ਅਰੇ ਬਹੁਤ ਸੋਹਣੀ ਸ਼ੇਪ ਥਣਾਂ ਦੀ, ਚੰਗਾ ਸਹਿਜ ਹੈ ਧਾਰ ਧੂਰ ਵੀਰ ਸਤਨਾਮ ਫਿਰ ਆਈ ਹੈ ਬਿਲਕੁਲ ਵਧੀਆ, ਨਿੱਕਰ ਚਵਾਈ ਲੱਗੀ ਜੀ, ਐ ਘੁੰਮਣ ਨਾਲ ਗੱਲਾਂ ਛੱਡ ਦੋ ਤੇ ਠੀਕ ਆ ਜੀ। ਹਾਂ ਥਾਲੀ ਦੇਖੋ ਕਿੱਡਾ ਸੋਹਣਾ ਲੱਗਾ, ਲਓ ਜੀ ਲਓ ਵੀ ਭਰਾਵੋ ਠੀਕ ਆ ਜੀ। ਸੋ ਬਹੁਤ ਵਧੀਆ ਚੰਗੀ ਆ ਠੰਡੀ ਧੀਰੀ ਆ ਸਿਲਸਿਲਾ, ਕਾ ਤੁਸੀਂ ਨਾਲ ਦੀ ਨਾਲ ਹੀ ਚਵਾਈ ਜਿਹੜੀ ਉਹ ਦੇਖ ਰਹੇ ਜੀ ਠੀਕ ਆ। ਇਹ ਸਤਨਾਮ ਵੀਰ ਦੇਵਾਂਗੇ ਕਿੰਨੇ ਦੀ ਆਪਾਂ ਮੁੱਲ ਵੀਰ ਜੀ? ਜਿਸ ਹਾਂ ਜਦੋਂ ਨਸਲ ਕੁਆਲਿਟੀ ਵਾਲੀ ਵਜਨ ਵਾਲੀ ਆ ਭਾਵੇਂ 52-53 ਵੀ ਕਰ ਦਿੰਦੇ, ਮੁੱਲ ਆਪਾਂ ਦਾ ਕਰਦੇ 48,000 ਰੁਪਈਆ, ਜਿਸ ਨੂੰ 46,000 ਦੀ ਦੇ ਦਾਂਗੇ। 46,000 ਦੀ? ਹਾਂਜੀ ਲਓ ਜੀ। ਤਾਂ ਦੋਸਤੋ ਮੁੱਲ ਡਿਮਾਂਡ ਚਾਹੇ 48,000 ਆ, 46,000 ਦੀ ਇਹ ਤੁਹਾਨੂੰ ਲਾਸਟ ਤੋਂ ਲਾਸਟ ਜਿਹੜੀ 46,000 ਦੀ ਮਿਲ ਜੂਗੀ, ਪਰ ਅੱਜ ਪ੍ਰਤਾਪ ਨਹੀਂ ਹੈਗਾ ਵਿੱਚੋਂ ਕਰਦੇ ਮਾਨਸਰ ਪ੍ਰਤਾਪ ਵਾਲਾ ਕੰਮ ਪਹਿਲੇ ਕਰੀ ਜਾਣਦੇ ਕਿ ਉਦਾਂ 50 ਨੇ ਮੁੜ ਕੇ 50 ਦੇ 47 ਜਾਂਦੇ, ਹੁਣ ਬਾਅਦ ਕੋ ਮੁੜ ਕੇ ਆਪਾਂ ਹੈਗੇ ਨਹੀਂ। ਇਹ ਦੱਸ ਗਿਆ ਫਿਰ ਵੀ ਮੇਰੀਆਂ ਖੇਚਲਾ ਕੱਟ ਆਉਂਦਾ ਆ ਵੀ ਮੁੱਲ ਦਾ ਕਿਸ ਕਰਦੀ ਜਾਈ ਕਰੀ ਮਾਇਆ ਜਾਈ ਮੁੱਲ ਜਾਇਜ਼ ਹੀ ਰੱਖਣੇ ਨੇ, ਅੱਜ ਪ੍ਰਤਾਪ ਗੈਰ ਹਾਜ਼ਰ ਤੇ ਮੁੱਲ ਹੋ ਜਾਣਾ, ਮੁੱਲ ਪ੍ਰਤਾਪ ਵਾਲੇ ਹੋਣਗੇ। 46,000 ਦੀ ਦੋਸਤੋ ਇਹ ਤੁਹਾਨੂੰ ਬੈਠ ਮਿਲ ਜੂਗੀ, ਸੂਈ ਸਵਾਈ ਆ ਮਗਰ ਬੱਚਾ ਕਿਦੇ ਨਾਲ ਹੀ ਆ, 50,000 ਰੁਪਏ ਰੇਟ ਬੱਚੀ ਦਾ ਵਧੀਆ ਦੇਖ ਜੂਗੀ। ਚਲੋ ਕੋਈ ਨਹੀਂ ਆਪਾਂ ਨੂੰ ਮਤਲਬ ਛਲੀ ਜੋ ਜਲਪਣੀ ਮਿਲਦਾ ਲੈਣਾ ਤੇ ਆਪਾਂ ਜਲਪਣੀ ਆ ਬਸ ਉਹ ਲੀੜੇ ਦੇ ਕੇ ਭੜ ਭੜਾ ਲਾਉਣੇ ਨਹੀਂ। ਲਓ ਜੀ ਅੱਛਾ ਵੀਰ ਸਤਨਾਮ ਅੱਗੇ ਆਪਣੇ ਕੋਲ ਜਿਹੜੀ ਆ ਜਰਸੀ ਕ੍ਰੋਸ, ਇਹ ਵੀ ਜਰਸੀ ਕ੍ਰੋਸ ਆ ਗਈ ਜੀ, ਇਹ ਗੱਭਣ ਤਿਆਰੀ ਵਾਲੀ ਗੱਭਣੀ ਵਿੱਚ ਲੈ ਜਾਊਗਾ ਨਹੀਂ ਮੇਰੇ ਸਾਹ ਭਾਵੇਂ 5-4 ਤੇ ਕੱਢ ਜਾਊ, ਆਪਣੀ ਨਿਗਰ ਨੁਗਰ ਮਜ਼ਬੂਤ ਬੜੀ ਆ ਪੂਰੀ ਵਜਨ ਵਾਲੀ ਆ। ਦੂਜਾ ਸੂਆ ਸੁਣੀ ਗਾ, ਦੂਜੇ ਸੁਣਾ ਆ ਗਈ। ਲਓ ਵੀ ਦੋਸਤੋ ਗਾਂ ਦੂਜਾ ਸੂਆ ਸੁਣੀ ਆ, ਤੇ ਲਾਲ ਬਦਾਮੀ ਰੰਗ ਤੇ ਬਲੈਕ ਦਾ ਕੰਬੀਨੇਸ਼ਨ, ਵਜਨ ਵੀ ਬਹੁਤ ਜ਼ਿਆਦਾ ਜੀ ਠੀਕ ਆ ਜੀ। ਸੋ ਥੱਲਿਓ ਥੱਲਿਓ ਤੁਸੀਂ ਵੇਖੋ ਥਣ ਦੇ ਵੀ ਪੂਰੀ ਖਬਰਦਾਰ ਠੀਕ ਆ ਜੀ। ਸੋ ਥਣ ਕਰਮ ਵਾਲੀ ਨੂੰ ਬਹੁਤ ਸੋਹਣਾ ਲੱਗਾ, ਲੰਬਾ ਥਣ ਇੱਕ ਵਾਰੀ ਬਿਲਕੁਲ ਆਪਾਂ ਤੁਹਾਨੂੰ ਹੌਸਲੇ ਨਾਲ ਵਿਖਾਉਂਦੇ ਆ, ਥੋੜਾ ਪਸ਼ੂ ਕਿਹੜਾ ਨਵੀਂ ਥਾਂ ਤੋਂ ਆਇਆ, ਹੁਣੇ ਆਈ ਆ ਤੇ ਕੋਈ ਕਾਲੀ ਜੀ ਪੈਂਦੀ ਐਦਾਂ ਵਾਣੀ, ਉਹਦੇ ਨਾਲ ਇਕੱਲਾ ਪੜਾਇਆ ਸੀ ਗੱਲ ਤੇ ਅਸੀਂ ਪਾਈ ਤੇ ਆਈ, ਉਹਦਾ ਕਰਕੇ ਵੀ ਆ ਗਿਆ ਥੋੜਾ ਜਿਹਾ ਪਸ਼ੂ ਕਹੀਦਾ। ਆਹ ਦੇਖੋ ਜੀ ਪਰ ਹੈ ਪੂਰੀ ਮਜ਼ਬੂਤ ਆ, ਤਗੜੀ ਆ ਠੀਕ ਆ ਜੀ, ਕੱਦ ਕਾਠ ਵਾਲੀ ਆ ਪੂਰੀ, ਸੋਹਣੇ ਵੇਲ ਵੱਟੇ ਵਾਲੀ ਆ, ਤੇ ਥੱਲਿਓ ਤੁਸੀਂ ਵੇਖ ਸਕਦੇ ਜੇ ਬਣਦੀ ਬੁਣਦੀ ਬਹੁਤ ਸੋਹਣਾ ਪਈ ਆ। ਥਣ ਕਰਮ ਵਾਲੀ ਨੂੰ ਜਿਹੜਾ ਦੋਸਤੋ ਨੋਕ ਵਾਲਾ ਥਣ ਲੱਗਾ ਠੀਕ ਆ, ਤੇ ਨੋਕ ਵਾਲਾ ਥਣ ਆ, ਸਪੇਸ ਵੰਡ ਆਪਸੀ ਥਣਾਂ ਦੀ ਚੰਗੀ ਆ ਠੀਕ ਆ, ਤੇ ਪੂਰੀ ਮਜ਼ਬੂਤ ਆ ਜਰਸੀ ਕ੍ਰੋਸ ਅੰਗ ਦੇ ਵਿੱਚ ਠੀਕ ਆ। ਕਾਲੀ ਜੀ ਪੈਂਦੀ ਆ ਉਦਾਂ ਕੋਈ ਗੱਲਬਾਤ ਨਹੀਂ, ਆਈ ਕਰਕੇ ਥੋੜਾ ਕਰਦੀ ਲਓ ਜੀ ਠੀਕ ਆ। ਸਵੈਡ ਚੰਗੀ ਆ, ਓਵਰਆਲ ਜਿੰਨੀ ਆ ਦੋਸਤੋ ਸਾਰੀ ਚੰਗੀ ਆ ਠੀਕ ਆ। ਤੇ ਇਹ ਸਤਨਾਮ ਵੀਰੇ ਗੱਭਣ ਆ ਤਿਆਰੀ, ਕੋਈ 5-6-7 ਦਿਨਾਂ ਤੱਕ ਲੈ ਜਾਊਗੀ, 5-4 ਦਿਨ ਵਿੱਚ ਕੱਢ ਜਾਣੇ ਨੇ, ਚਲੋ ਜਿੰਨੇ ਲੈ ਜੇ ਉਨੇ ਚੰਗਾ ਇਹਦੇ ਲਈ।
ਖੁਰਾਕ ਖੁਰਾਕ ਬਣੇ ਨਾ ਬੜੀ ਸਾਂਭੀ ਬੜੀ ਸ਼ੌਕ ਨਾਲ ਟ੍ਰਾਂਜੈਕਸ਼ਨ ਦੋ ਬੋਰੀਆਂ ਚਾਰ ਗਈਆਂ ਵਜਨ ਨਾਲ ਆਪਾਂ ਦੇਖ ਨਹੀਂ ਡਿਆ ਵਜਨ ਵੱਟੇ ਤੋਂ ਪਤਾ ਲੱਗ ਜਾਂਦਾ ਦੁੱਧ ਜਲੂ ਬੜੀ ਸਲੋਹ ਕਰਦੇ ਪੀਲੇ ਸੂਏ ਨੇ 18 19 ਕਿਲੋ ਜਿਆ ਗਾੜੀ ਜਾਣੇ ਪਰਮਾਤਮਾ ਵੈਸੇ ਪਸ਼ੂ ਥੋੜੀ ਕਾਲਜੀ ਕਰਦਾ ਨਵੀਂ ਥਾਂ ਤੇ ਆ ਕੇ ਪਸ਼ੂ ਕਿਤੇ ਨਾ ਕਿਤੇ ਥੋੜਾ ਜਿਹਾ ਉਪਰੇ ਬੰਦਿਆਂ ਦੇ ਵਿੱਚ ਉਪਰੀ ਥਾਂ ਤੇ ਆ ਕੇ ਥੋੜਾ ਕਿਤੇ ਨਾ ਕਿਤੇ ਅਲਕਤ ਜੀ ਮਨਾਉਂਦਾ ਹੁੰਦਾ ਠੀਕ ਆ ਜੀ ਉਹ ਜਦੋਂ ਗਾਂ ਅਗਲੇ ਨਵੇਂ ਥਾਂ ਤੇ ਚਲਾ ਗਿਆ ਉਵੇਂ ਤੇ ਪਸ਼ੂ ਨੂੰ ਗੇਜ ਪੈ ਜਾਂਦੀ ਉਹਨਾਂ ਜੀਆਂ ਦੇ ਵਿੱਚ ਜਾ ਕੇ ਨਵੇਂ ਥਾਵਾਂ ਤੇ ਪਸ਼ੂ ਨੂੰ ਗੇਜ ਪੈ ਜਾਂਦੀ ਆ ਥਣ ਪੂਰਾ ਜਿਹੜਾ ਤੁਸੀਂ ਵੇਖੋ ਕਲਮੀ ਥਣ ਆ ਬਹੁਤ ਸੋਹਣਾ ਥਣ ਮੁੱਠੀ ਹੱਥੀ ਚਵਾਈ ਵਾਲਾ ਅੱਛਾ ਤੇ ਵੀਰ ਸਤਨਾਮ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਫਿਰ ਮੁੱਲ ਵੀ ਜੀ ਬੱਚੀ ਜੇ ਦਿੰਦੀ ਸੂਈ ਫੇਰ ਤੇ 55 56 ਦੀ ਵੇਚਦੀ ਆਹ ਹੁਣ ਆਪਾਂ 50,000 ਦੀ ਦੇ ਦਾਂਗੇ 50 ਦੀ ਹਾਂਜੀ 50 ਦੀ ਦੇ ਦਾਂ ਹਾਂ ਨਾਲ ਹੀ ਹਾਂ ਨਾਲ ਹੀ ਬਸ ਛੋੜੀ ਕੋਈ ਕਰਾਂਗੇ ਆਪਣੀ ਮਰਜ਼ੀ ਨਾਲ ਬੱਚੀ ਵੀਰ ਜੀ ਵੱਡੀ ਛੋਟੀ ਨਹੀਂ ਪੂਰੇ ਵਜਨ ਵਾਲੀ ਬੱਚੀ ਆ ਬਿਲਕੁਲ ਜੀ ਬਿਲਕੁਲ ਸਾਕਰਾ ਮੱਝਾਂ ਨਾਲ ਹੀ ਕਰਨਾ ਇਹਨੇ ਹਾਂਜੀ ਹਾਂਜੀ ਲਓ ਜੀ 50,000 ਦੀ ਭਰਾਵੋ ਇਹ ਜਿਹੜੀ ਤੁਹਾਨੂੰ ਵੈਟ ਮਿਲ ਜੂਗੀ ਠੀਕ ਆ ਜੀ 50,000 ਦੇ ਠੀਕ ਆ ਜੀ ਤੇ ਬਾਕੀ ਕੋਈ ਫਿਕਸ ਨਹੀਂਗਾ ਥੋੜਾ ਪਤਾ ਜੋ ਰਹਿ ਤਾਂ ਕੋਈ ਗੁੰਜਾਇਸ਼ ਆ ਵਿੱਚੋਂ ਥੋੜੀ ਪਾਤੀ ਮਾਰ ਸ਼ੋਰ ਛੜ ਕੋਈ ਨਹੀਂ ਕਰਦਾ ਸ਼ੋਰ ਛੜ ਭਰਾ ਜੀ ਮੇਰਾ ਮਾਨ ਤੁਹਾਨੂੰ ਰੱਖਦਾ ਤੇ ਲਟੋ ਲਾ ਲੜਾ ਲਾ ਤੁਸੀਂ ਬਣੂ ਸਾਰੀ ਨਿੱਗਰ ਕਰਨ ਵਾਲੀਆਂ ਫਿਕਸ ਜਿਹੜਾ ਬਣਾਉਂਗੇ ਸੋ ਲੜ ਲੋੜ ਕਾਫੀ ਜ਼ਿਆਦੇ ਆ ਢਿੱਲ ਚੰਗੀ ਆ ਉਹ ਤੁਸੀਂ ਇੱਥੇ ਆਣ ਕੇ ਵੀ ਦੇਖ ਲੈਣੀ ਆ ਠੀਕ ਆ ਜੀ ਹਾਂ ਠੀਕ ਆ ਲੈ ਵੀ ਵੀਰੇ ਸਤਨਾਮ ਅੱਗੇ ਆਪਣੇ ਕੋਲ ਜਿਹੜੀ 4 ਨੰਬਰ ਦੇ ਆ ਗਈ 4 ਨੰਬਰ ਦੀ ਗੱਬੜ ਆ ਗਈ ਜੀ ਇਹ ਗੱਬੜ ਹਾਂਜੀ ਠੰਡੀ ਜੀ ਬਹੁਤ ਆ ਜੀ ਅੱਛਾ ਜੀ ਸੂਆ ਦੂਜਾ ਨਹੀਂ ਆ ਵੀ ਸੂਆ ਦੂਜਾ ਜੀ ਲਓ ਜੀ ਸੂਆ ਦੂਜਾ ਕੱਦ ਬੁੱਤ ਚੈੱਕ ਕਰੋ ਦੋਸਤੋ ਵੱਡੇ ਕੱਦ ਕੱਠ ਵਿੱਚ ਆ ਸੋ ਰੰਗ ਪ੍ਰਿੰਟ ਸਟੇਟ ਪਟਾ ਤੇ ਪੂਰੇ ਵੱਡੇ ਕੱਦ ਵਿੱਚ ਪੂਰੀ ਫੁੱਲ ਵੱਡੀ ਹੈ ਫੁੱਲ ਵੱਡੀ ਆ ਦੂਜਾ ਸੂਆ ਸੋਹਣਾ ਤੇ ਕੱਚੀ ਜ਼ਿਆਦਾ ਨਹੀਂ ਆਪਾਂ ਸਮਾਂ ਕਵਾਂਗੇ ਵੀ ਉਹੀ ਹਫਤਾ ਖੰਡ 5-7 ਦਿਨਾਂ ਦੀ ਬਸ ਕੱਚੀ ਆ ਵੀ 5-7-8 ਦਿਨਾਂ ਦੇ ਵਿੱਚ ਵਿੱਚ ਇਹਨੇ ਕਰਮਾਲੀ ਨੇ ਵਾਲ ਆਉਣਾ ਥੱਲਿਓ ਤੇ ਥਣ ਥੂਣ ਵਾਲੇ ਪਾਸਿਓਂ ਕੋਈ ਪਸ਼ੂ ਵੀ ਜਿਹੜਾ ਦੋਸਤੋ ਮਾੜਾ ਨਹੀਂਗਾ ਪੂਰੇ ਮੁੱਠੀ ਮੁੱਠੀਦਾਰ ਥਣ ਲੱਗੇ ਆ ਕਰਮਾਲੀਆਂ ਨੂੰ ਠੀਕ ਆ ਜੀ ਸਭ ਤੋਂ ਅਹਿਮ ਗੱਲ ਆ ਜਿਹੜੀ ਕੋਈ ਛੋਟੀ ਡੱਬੀ ਨਹੀਂ ਗੀ ਮੋਟੇ ਡੱਬਾ ਠੀਕ ਆ ਜੀ ਤੇ ਮੋਟੀ ਡੱਬੀ ਵੈਸੇ ਵੀ ਸਾਰੇ ਵੀਰ ਪਸੰਦ ਕਰਦੇ ਆ ਤੇ ਚੌੜਾ ਪਿੱਠ ਪੂੜਾ ਕੱਦ ਵਜਨ ਪੂਰਾ ਠੀਕਾ ਸੂਆ ਦੂਜਾ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਥੱਲੇ ਭਾਂਡੇ ਦੀ ਬਹੁਤ ਸੋਹਣੀ ਬਣੂਗੀ ਆ ਤੁਸੀਂ ਵੇਖੋ ਥਾਣ ਬੈਕ ਸਾਈਡ ਐ ਵਧੀਆ ਚੱਡਾ ਸਾਰਾ ਐ ਨਿੱਗਰ ਚੱਡਾ ਰੱਖੂ ਕੀ ਕਰਮਾਰੀ ਫਾੜੀ ਦਾ ਚੱਡਾ ਪੱਟਾਂ ਦੇ ਵਿੱਚ ਰੱਖੂ ਜੀ ਅੱਛਾ ਵੀਰ ਸਤਨਾਮ ਐ ਆਪਾਂ ਦੇਣੀ ਕਿੰਨੇ ਦੀ ਆਪਣੀ ਵੈੜ ਅੱਜ ਵੇਖੋ ਵੀਰ ਜੀ ਰੋਕਣਾ ਮਾਲ ਲਿਆ ਤੇ ਰੋਕਣਾ ਹੀ ਮਾਲ ਦੇ ਦੇਣਾ ਵੱਛੀ ਆ 65,000 ਰੁਪਏ ਦੀ ਸਾਰੇ ਭੈਣ ਭਰਾ ਸਿਆਣੇ ਆ ਹਾਂਜੀ ਚਲੋ ਇਹਨਾਂ ਦੇ ਕੋਈ ਆਪਾਂ ਨੂੰ ਭਾਣਾ ਵੱਜੀ ਆਪਾਂ ਭਾਣਾ ਵੱਛੀ ਅੱਜ ਦੀ ਤਰੀਕ ਚ ਵੱਛੀ ਦੇ ਦਾਂਗੇ 50,000 ਦੀ ਇਹਦੀ 50,000 ਦੀ ਮਿਲਣੀ ਨਹੀਂ ਗੀ ਚਲੋ ਆਪਾਂ ਨੂੰ ਜਲ ਪਾਣੀ ਦਿੰਦੀ ਆਪਾਂ ਦੇ ਦਾਂਗੇ ਹਾਂ ਪੈਣੀ ਜਿੱਦਣ ਵੱਛੀ ਸੂਪੀ 65,000 ਰੁਪਏ ਦੀ 25-26 ਕਿਲੋ ਵਾਲੀ ਵੱਛੀ ਆ ਹਾਂਜੀ ਲਓ ਵੀ ਵੈਸੇ ਦੋਸਤੋ ਮਤਲਬ ਦੀ ਆ ਉਹਨਾਂ ਵੀਰਾਂ ਦੇ ਲਈ ਜਿਹੜਾ ਕੋਈ ਭਰਮ ਭਰਾ ਜਾ ਕੇ 10 ਦਿਨ ਸਾਹ ਨੂੰ ਰੁਪਈਆ 10,000 ਵਸੀ ਦੇ ਵਿੱਚ ਆਰਾਮ ਨਾਲ ਕਮਾਈ ਹੈਗੀ ਆ ਹਾਂ ਮਾੜੇ ਜੇ ਕਲਿੱਪ ਜੀ ਹੈਗੇ ਆ ਇਹ 4 ਜੀ ਫੁੱਟੀ ਆ ਮੇਰੇ ਤਾਂ ਹੋਏ ਕਈ ਦਿਨ ਡਾਕਟਰ ਜੀ ਦਾਗ ਦਾ ਦੁਖਦਾ ਨਹੀਂ ਚੱਜ ਹਾਂ ਦਾਵਤ ਲਓ ਵੀ ਠੀਕ ਆ ਜੀ ਵੈਸੇ ਓਵਰਆਲ ਵੈੜ ਜਿਹੜੀ ਦੋਸਤੋ ਸਾਰੀ ਚੰਗੀ ਆ ਅੱਜ ਤੁਹਾਨੂੰ ਬਿਲਕੁਲ ਭਾਅ ਪਰਤੇ ਜੇ ਮਿਲ ਜਾਣੀ ਆ ਜਾਇਜ਼ ਮਿਲ ਜਾਣੀ ਆ ਠੀਕ ਆ ਜੀ ਕਲਾ ਥੋੜਾ ਨਹੀਂ ਆਏ ਓਕੇ ਇੱਕੋ ਜੀ ਕੱਚੀ ਪਾਊਗਾ ਠੀਕ ਆ ਜੀ ਹਾਂ ਆ ਦੇਖੋ ਜੀ ਠੀਕ ਹੈ ਜੀ ਸੋ ਸਫਾਈਆਂ ਸਫਾਈਆਂ ਕਰਮਾਲੀ ਨੂੰ ਬਹੁਤ ਸੋਹਣੀਆਂ ਡਾਢੀਆਂ ਲੱਗੀਆਂ ਨੇ ਫਾੜੀ ਵਾਲਾ ਚੱਡਾ ਕੱਦ ਬਹੁਤ ਵੱਡਾ ਢਾਂਚਾ ਪੂਰਾ ਵੱਡਾ ਤੇ ਢਾਂਚਾ ਢੋਚਾ ਬਹੁਤ ਸੋਹਣਾ ਬੈਠਦਾ ਪਸੰਦ ਆਊਗੀ 50,000 ਦੀ ਤੁਹਾਨੂੰ ਅੱਜ ਮਿਲ ਜੂਗੀ ਲੈ ਵੀਰ ਸਤਨਾਮ ਅੱਗੇ ਆਪਣੇ ਕੋਲ ਜਿਹੜਾ ਤੋਹਫਾ ਲਾ ਇਹ ਵੀ ਜੀ ਨਾਲ ਦੂਜਾ ਸੂਆ ਵਿੱਚ ਗੱਬਣ ਜੀ ਦੂਜਾ ਸੂਆ ਹਾਂ ਠੰਡੀ ਵੇਖੋ ਜੀ ਕਿੰਨੀ ਲਓ ਜੀ ਸੁਨੱਖੀ ਪੂਰੀ ਫੁੱਲ ਬਾਕੀ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਇਹ ਵੀ ਦੋਸਤੋ
ਚੰਗਾ ਚੋਖਾ ਲਈ ਖੜੀ ਕਰਮ ਵਾਲੀ ਤੇ ਡੱਬੀ ਡੁੱਬੀ ਪੂਰੀ ਠੀਕ ਆ ਛੋਟਾ ਕੰਨ ਤੇ ਸੂਆ ਵੀ ਦੂਜਾ ਹੀ ਹੈ ਜੀ ਦੂਜੇ ਸੁਣਿਆ ਜੀ ਲਓ ਜੀ ਵੀ ਦੂਜੇ ਸੁਣੀ ਆ ਠੀਕ ਆ ਦਿਨ ਪੰਜ ਸੱਤ ਹਫ਼ਤਾ ਇੱਕ ਘੱਟੋ ਘੱਟ ਵੀ ਹਫ਼ਤਾ ਅੱਠ ਦਿਨ ਮੰਨ ਕੇ ਇਹਦਾ ਕੋਈ ਵੀ ਭਰਾ ਸੌਦਾ ਕਰ ਲੇ ਹਫ਼ਤੇ ਅੱਠ ਕੁ ਦਿਨਾਂ ਦੀ ਇਹ ਵੀ ਹੈ ਜੀ ਸਾਰੀ ਪੂਰੀ ਵਜਨ ਵਾਲੀ ਆ ਇਹਨੂੰ ਵੀ ਛੋਟੇ ਕੱਦ ਵੀ ਚੰਗਾ ਵਾ ਬਾਕੀ ਡਿਜ਼ਾਈਨ ਜੀ ਉਹਨੂੰ ਸੋਹਣੇ ਲੱਗੇ ਠੀਕ ਹੈ ਜੀ ਸੋ ਬੇਲ ਬੋਲ ਦੀ ਦੋਸਤੋ ਸੋਹਣੀ ਆ ਤੇ ਥੱਲਿਓਂ ਭਰਨਾ ਸ਼ੁਰੂ ਕਰ ਦਿੱਤਾ ਤਕਰੀਬਨ ਅੱਠਾਂ ਸੱਤਾਂ ਦਿਨਾਂ ਦੇ ਵਿੱਚ ਉਮੀਦ ਕਰਦੇ ਹਾਂ ਵੀ ਅੱਠਾਂ ਸੱਤਾਂ ਦਿਨਾਂ ਦੇ ਵਿੱਚ ਜਿੰਨਾ ਵੀ ਲਾਉਣਾ ਇਹਨੇ ਕਰਮ ਵਾਲੀ ਨੇ ਲਾ ਆਉਣਾ ਠੀਕ ਹੈ ਠੰਡੀ ਪੂਰੀ ਥਾਣੇ ਦਾ ਵੀ ਬਹੁਤ ਸੋਹਣਾ ਲੱਗਾ ਦੇਖੋ ਲਓ 15-16 ਕਿਲੋ ਵਾਲੀ ਵੱਛੀ ਆਰਾਮ ਨਾਲ ਦੁੱਧ ਦੇਣਾ ਭਰ ਦੋ ਆਰਾਮ ਨਾਲ ਚਵਾ ਦੂਗੀ 14-15 ਪਹਿਲੇ ਸੂਏ ਨੇ ਚਵਾਇਆ ਹੋਇਆ ਵੱਧ ਹੀ ਦਊਗੀ ਬਾਕੀ ਇਹ ਸਭ ਸਵੜਾ ਮਗਰੋਂ ਵੇਖੋ ਚੌੜੀ ਚੁੜੀ ਕਿੱਡੀ ਲਓ ਜੀ ਚਗਾਠਾ ਚਗੂਠਾ ਬਹੁਤ ਵਧੀਆ ਚੌੜਾ ਚਗਾਠੇ ਦੀ ਆ ਤੇ ਅੱਗੇ ਕੋਈ ਵੀਰ ਚੰਗੀ ਸਾਫ਼ ਸੰਭਾਲ ਕਰ ਲੂਗਾ ਦੁੱਧ ਸੋਹਣਾ ਲਈ ਚੱਲੋਗੇ 15 ਲੀਟਰ ਤੋਂ ਪਲੱਸ ਦੁੱਧ ਹੱਸ ਕੇ ਚਵਾਈ ਜਾਣਾ ਇਹਨੇ ਗਰਮ ਵਾਲੀ ਨੇ ਠੀਕ ਆ ਤੇ ਵੀਰ ਸਤਨਾਮ ਬਾਕੀ ਜਿਹੜੇ ਪਸ਼ੂ ਆਪਣੇ ਕੋਲ ਗੱਭਣ ਆ ਤਿੱਪਣ ਤੋਂ ਪਾਉਣ ਦੀ ਪੂਰੀ ਉਹ ਵੀਰ ਜੀ ਆਪਣੀ ਫੁੱਲ ਗਰੰਟੀ ਉਹ ਭਾਵੇਂ ਕੋਈ ਭੈਣ ਭਰਾ ਜਿਹਨੇ ਨਹੀਂ ਆਉਣਾ ਵੀਡੀਓ ਕਾਲ ਦੇ ਤਾਂ ਪਾਲੇ ਜੇ ਕੋਈ ਇਸੇ ਆਜੂ ਫਿਰ ਤੇ ਬਹੁਤ ਹੀ ਵਧੀਆ ਗੱਲ ਹੈ ਤਸੱਲੀ ਕਰਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਨਹੀਂ ਮਤਲਬ ਵੀ ਇਹਨੂੰ ਵੀ ਭਾਅ ਜਿਹਾ ਜਿਹਾ ਦੇਖੋ ਸਲਾ ਸਲਾ ਫਾਲਤੂ ਸਲਾਣੀਆਂ ਔਖੇ ਹੀ ਹੋਣਗੀਆਂ ਸਿਰਫ ਮਾਲ ਲਿਆ ਰੋਗ ਨਾ ਕਈ ਵਾਰ ਇੱਕੋ ਹੀ ਗੱਲ ਚੱਲੀ ਜਾਂਦੀ ਹੈ ਜੀ ਮਾਲ ਮਿਲਦਾ ਨਹੀਂ ਮਿਲਦਾ ਨਹੀਂ ਮਹਾਰਾਜ ਦੀ ਕਿਰਪਾ ਜਦੋਂ ਚਾਹੀਦਾ 2-4 ਲੈ ਕੇ ਆਈ ਦੀ ਪੈਸੇ ਮੁੱਕ ਜਾਂਦੇ ਵੀਰ ਜੀ ਮਾਲ ਨਹੀਂ ਮੁੱਕਦਾ ਵੇਖੋ ਸਾਰਾ ਸੁਥਰਾ ਮਾਲ ਇਹ ਨਹੀਂ ਵੀ ਕੋਈ ਨਿਕੰਮਾ ਮਾਲ ਆ ਸੁਥਰਾ ਰੋਕਣਾ ਮਾਲ ਆ ਚਲੋ ਮਿਹਨਤ ਤੇ ਕਰਨੀ ਪੈਂਦੀ ਤੁਹਾਨੂੰ ਪਤਾ ਭਾਜਨਸ ਕਰਨੀ ਪੈਂਦੀ ਬਿਲਕੁਲ ਬਿਲਕੁਲ ਲਓ ਦੱਸੋ ਜਿਹੜੇ ਵੀਰਾਂ ਨੇ ਮਾਲ ਖਰੀਦਣਾ ਪੈਸਾ ਲਾਉਣਾ ਠੀਕ ਆ ਜੀ ਰਕਮ ਲਾਉਣੀ ਆ ਰਕਮ ਲਾ ਕੇ ਪਸ਼ੂ ਮਿਲਦਾ ਤੇ ਕੋਈ ਇਹ ਨਹੀਂ ਹੈਗਾ ਵੀ ਪਸ਼ੂ ਬਾਹਰ ਸ਼ਾਰਟੇਜ ਆ ਪਸ਼ੂ ਮਿਲਦਾ ਕੋਈ 8-7 ਨਾਗ ਜਿਹੜਾ ਸਾਰਾ ਉਹ ਵੀਰ ਜੀ ਮਿਲਦਾ ਕੀ ਨਹੀਂ ਮਿਲਦਾ 10 ਕਿੱਲੇ ਤੋਂ ਉੱਪਰੋਂ 8-7 ਨਾਗ ਆਪਾਂ ਹਰ ਵਾਰ ਦਿਖਾਈ ਦੇ ਆ ਹਾਂਜੀ ਤੇ ਮੁੱਲ ਵੀਰ ਜੀ ਦਾ ਬਿਲਕੁਲ ਛੋਟਾ ਹੀ ਆ ਹਾਂ ਮੁੱਲ 45,000 ਰੁਪਈਆ 41,000 ਦੀ ਵਛੀ ਦੇਣਾ 50,000 ਰੁਪਏ ਦੀ ਵਛੀ ਆ ਜਦੋਂ ਤਿਆਰ ਹੋ ਵੀ 44 ਦੀ ਆਪਾਂ ਦੇ ਦਾਂਗੇ ਅੱਜ 41 ਦੀ ਕਿਤਾ ਨਹੀਂ ਮੁਫਤ ਦੇਣੀ ਆਪਾਂ 41,000 ਦੀ 41 ਹਾਂ 40 ਦੇ ਲਓ ਜੀ 40 ਤੇ ਪੂਰੇ 50,000 ਦੀ ਵਛੀ ਆ ਵੀਰ ਜੀ ਜਿਹਦੇ ਚਾਰ ਦੇ ਸਾਰੇ ਜਲ ਤੁਹਾਨੂੰ ਪਤਾ ਵੀ ਆਪਾਂ ਨੂੰ ਮਿਲ ਜਾਣਾ ਕੋਈ ਨਹੀਂ ਵੀ ਪੈਸੇ ਆਉਣਗੇ ਹੋਰ ਕੋਈ ਲੈ ਲਾਂਗੇ ਜਦੋਂ ਵਛੀ ਤਿਆਰ ਹੋ ਗਈ ਜਿੰਨਾ ਫੈਸ਼ਨ ਲੱਗਾ 50,000 ਦੀ ਵਛੀ ਆ ਲਓ ਵੀ ਦੋਸਤੋ ਇਹ ਵੈਟ ਤੁਹਾਨੂੰ ਮਿਲ ਜੂਗੀ ਠੀਕ ਆ ਜੀ 41,000 ਦੇ ਵਿੱਚ ਸੋ ਤਿਆਰੀ ਕਰਮਾਂ ਲਈ ਕਰੀ ਆਉਂਦੀ ਆ ਦਿਨੋਂ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਤਿਆਰੀ ਦਿਨੋਂ ਆ ਦੋਨੇ ਚਾਹ ਜਾਣ ਵਾਲੀ ਖੇੜ ਕੋ ਲੰਮਾ ਸਮਾਂ ਨਹੀਂ ਹੈਗਾ ਬਾਕੀ ਭਾਰ ਪਿੱਛੇ ਦੀ ਤਿੰਨਾਂ ਗਾਈਆਂ ਦੀ ਫੁੱਲ ਗਰੰਟੀ ਹੋਊਗੀ ਠੀਕ ਕੋਈ ਮਾਸਾ ਮੁੰਗਰ ਵੀ ਕੱਢਣਾ ਆਪਾਂ ਜ਼ਿੰਮੇਵਾਰ ਹੋਵਾਂ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਨਾਗਨੇ ਅੱਜ ਵੀਰ ਸਤਨਾਮ ਸਿੰਘ ਹੋਣਾ ਦੇ ਫਾਰਮ ਤੇ 3 ਸੂਈਆਂ 3 ਹੀ ਗੱਭਣ ਤਿਆਰੀ ਵਾਲੀਆਂ ਨੇ ਠੀਕ ਆ ਜੀ ਸੋ ਨਾਗ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ ਪਸੰਦ ਆਏ ਹੋਣਗੇ ਬਾਕੀ ਮੇਰਾ ਵੀਰ ਵੱਧ ਤੋਂ ਵੱਧ ਵੀਡੀਓ ਪ੍ਰਤਾਪ ਸਿੰਘ ਕਹਿੰਦਾ ਹੁੰਦਾ ਵੀ ਸ਼ੇਅਰ ਕਰ ਦਿਓ ਤੇ ਸ਼ੇਅਰ ਕਰ ਦਿਓ ਮੇਰਾ ਵੀਰ ਦੱਬ ਕੇ ਵੀਡੀਓ ਠੀਕ ਆ ਜੀ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।